वाहेगुरु जी का खालसा, वाहेगुरु जी की फतेह। जिवें कल भी मैं एक वीडियो पाई थी, जिदे विच दस्या गया सी कि धनौले दे एक नौजवान दे उत्ते बच्चों दी स्थानक पुलिस वल्लों एक नजायज़ कब्जा किया गया आ। उन्हां नूं विक्रम गैंग दे बंदे भी दस्या गया है, जिवें कि लखा सधाणा बाई दी एक वीडियो आई सी, उन्होंने दस्या जदों उन्होंने फोन किया धनौले थाने दे विच कि तुसीं मुंडे ते नजायज़ परचा क्यों किया आ। तो धनौला मुखी, धनौला थाने का जिहड़ा मुखी आ कुलदीप सिंह, इन्होंने लखे सधाणे नूं कहा कि जुत्ती जिन्होंने मारी सी बादल दे उस गैंग का बंदा आ। सो उसका कल वो बारे मैं अपना जिहड़ा सी पक्ष रख दिता सीगा, ते हुण असीं इस टाइम धनौला थाने दे बाहर मोर्चा लाया होया आ। थाने का जिहड़ा आ इत्थे घिराओ कर दिता गया आ, वक् वक् जथेबंदियां वल्लों जिन्नियां भी इत्थे धिरां ने धनौले दीआं जागरूक सारियां इत्थे इस टाइम बैठियां ने। साडी मंग इह हुआ कि पहलां तां जिहड़ी आ जिहड़ा जवाकां दे उत्ते, बच्चों के उत्ते, नौजवानों के उत्ते नजायज़ परचा किया गया है, उन्हें रद्द किया जाए। तो जिहड़ा SHO आ उहदे खिलाफ़ भी जिहड़ी भी कोई कार्रवाई की मंग असीं उह रखांगे, जिवें कि सारी जथेबंदियों की सलाह बणूगी उवें ही सारा कुछ जिहड़ा इह किया जाऊगा। हुण इस टाइम धनौले थाने का जिहड़ा उह घिराओ किया होया आ, तुसीं इत्थे देखदे हो मींह दा मौसम बणिया होया, बीबियां भी इत्थे बैठियां ने, नौजवान बजुर्ग सारे इत्थे बैठे ने, किसान आगू भी ने, होर भी सारियां धिरां ने जिहड़ियां जिन्नियां इंसाफ पसंद जथेबंदियां ने उह सारियां इत्थे जिहड़ियां ने उह पहुंचियां होईयां ने। जिन्नी देर तक दा परचा दर्ज नहीं हुंदा नौजवानां दा, उन्नी देर तक इह जिहड़ा संघर्ष चलूगा। ते इत्थे आपां गल वी कर लैणे वीरां दे नाल, ते उह की कहना चाहुंदे ने इस विशे दे उत्ते, ते उहनां नूं वी पुछ लैणे आ। ਅਦਰ ਦਾਨਗੜ੍ਹ ਸਾਹਿਬ, ਦਾਨਗੜ੍ਹ ਜੀ, ਜਿਹੜਾ ਪਰਚਾ ਹੋਇਆ ਨੌਜਵਾਨਾਂ 'ਤੇ, ਕਿਵੇਂ ਕੀ ਕਹਿਣਾ ਚਾਹੁੰਦੇ ਜੀ ਪੁਲਿਸ ਨੂੰ? ਇਹ ਧੱਕੇ ਸਹੀ ਆ ਜੀ, ਇਹ ਵੱਡੀ ਗੱਲ ਆ ਜੀ। ਮੁਰਦਾਬਾਦ ਕਹਿਣਾ ਕਦੋਂ ਤੋਂ ਵੱਡਾ ਜੁਰਮ ਹੋ ਗਿਆ, ਸਵਾਲ ਇਹ ਬਣਦਾ ਆ। ਗੱਲ ਮੁਰਦਾਬਾਦ ਕਹਿਣ ਦੀ ਨਹੀਂ, ਗੱਲ ਹੈਗੀ ਆ ਜਿਹੜਾ ਸੱਚਾ ਬੋਲਦਾ, ਜਿਹੜਾ ਹਿੰਮਤ ਰੱਖਦਾ ਸਰਕਾਰਾਂ ਦੇ ਖਿਲਾਫ਼ ਖੜਾ ਹੋਣ ਦਾ ਜੀ, ਚਾਹੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ 'ਤੇ, ਚਾਹੇ ਕਿਸੇ ਵੀ ਜਥੇਬੰਦੀ, ਉਹ ਇਹਨਾਂ ਨੂੰ ਪਸੰਦ ਨਹੀਂ ਹੈਗਾ। ਅੱਜ ਜਿਹੜਾ ਇਹ ਪਰਚਾ ਹੋਇਆ ਇਹ ਉਸ ਨੌਜਵਾਨ 'ਤੇ ਹੋਇਆ ਜਿਹੜਾ ਜਿੱਥੇ ਵੀ ਉਹ ਧੱਕਾ ਹੁੰਦਾ, ਧਨੌਲੇ 'ਚ ਕੋਈ ਮਾੜੀ ਗੱਲ ਹੁੰਦੀ ਆ, ਉੱਥੇ ਜਾ ਕੇ ਉਹ ਬਿਨਾਂ ਖੌਫ ਹੋ ਕੇ ਖੜਦਾ ਵਾ। ਇਹ ਮੈਨੂੰ ਜੋ ਮਹਿਸੂਸ ਹੋਇਆ, ਕਿਉਂਕਿ ਉਹਦੇ ਇਹ ਪ੍ਰਸ਼ਾਸਨ ਦੇ, ਇਹ ਸਰਕਾਰਾਂ ਦੇ, ਇਹ ਪੋਲੀਟੀਕਲ ਪਾਰਟੀਆਂ ਦੇ ਅੱਖਾਂ 'ਚ ਰੜਕਦਾ ਸੀ, ਉਹ ਬਦਲਾ ਲਿਆ। ਐਂ ਤਾਂ ਧਨੌਲੇ ਦੇ ਲੋਕਾਂ ਨੇ ਕਿਹਾ ਸੀ ਜੀ ਅਸੀਂ ਜਿੱਦਣੇ ਗਰੇਵਾਲ ਧਨੌਲੇ ਆਇਆ ਉਹਨੂੰ ਘੇਰਾਂਗੇ, ਅਨੇਕਾਂ ਯੂਨੀਅਨਾਂ ਉਹਦੇ ਖਿਲਾਫ਼ ਬੋਲਦੀਆਂ ਨੇ, ਉਹਨਾਂ 'ਤੇ ਤਾਂ ਪਰਚਾ ਨਹੀਂ ਹੋਇਆ, ਇੱਕ ਨੌਜਵਾਨ 'ਤੇ ਪਰਚਾ ਹੋਇਆ। ਇਹਦੀ ਨਿਖੇਧੀ ਕਰਦੇ ਹਾਂ, ਕਿਉਂਕਿ ਲੋਕਤੰਤਰ ਦਾ ਘਾਣ ਕਰਦਾ। ਮੈਂ ਇੱਥੇ ਇੱਕ ਕੈਪਟਨ ਅਮਰਿੰਦਰ ਨੂੰ ਕਹਿਣਾ ਚਾਹੂੰਗਾ, ਤੂੰ ਕਹਿੰਦਾ ਮੈਂ ਕੈਪਟਨ ਹੈ, ਤੂੰ ਕਹਿੰਦਾ ਮੈਂ ਫੌਜੀ ਹਾਂ, ਤੂੰ ਤਾਂ ਡਰਪੋਕ ਹੈ, ਤੂੰ ਤਾਂ ਮੋਦੀ ਤੋਂ ਡਰ ਗਿਆ ਕਿ ਤੇਰੀ ਸਰਕਾਰ ਨਾ ਟੁੱਟ ਜੇ। ਇਹ ਡਰਪੋਕ ਮੁੱਖ ਮੰਤਰੀ ਦੀ ਨਿਸ਼ਾਨੀ ਆ। ਇੱਕ ਪਾਸੇ ਤਾਂ ਲੋਕਾਂ ਨੂੰ ਕਹਿੰਦਾ ਵੀ ਮੈਂ ਤੁਹਾਡੇ ਨਾਲ ਹਾਂ, ਇੱਕ ਪਾਸੇ ਸੈਂਟਰ ਨੂੰ, ਸਿੱਖ ਵਿਰੋਧੀ, ਪੰਜਾਬ ਵਿਰੋਧੀ ਏਜੰਸੀਆਂ ਨੂੰ ਖੁਸ਼ ਕਰਨ ਲਈ ਉਹਨਾਂ ਨੌਜਵਾਨਾਂ 'ਤੇ ਪਰਚੇ ਕਰ ਰਿਹਾ ਜਿਹੜੇ ਨੌਜਵਾਨ ਸੱਚ ਨਾਲ ਖੜੇ ਆ। ਦੇਖੋ ਇਹ ਤਾਂ ਕਿਸਾਨ ਯੂਨੀਅਨ ਨਾਲ ਰੋਜ਼ ਐਕਸ਼ਨ ਲੈਂਦੇ, ਉਹਨਾਂ 'ਤੇ ਪਰਚਾ ਕਿਉਂ ਨਹੀਂ ਹੁੰਦਾ? ਹੁਸ਼ਿਆਰਪੁਰ ਹੋਇਆ, ਉਹ ਦਲ ਖਾਲਸਾ ਦੇ ਨਾਲ ਜੁੜਿਆ ਹੋਇਆ ਸੀ ਨੌਜਵਾਨ। ਜਿਹੜਾ ਇਹ ਧਨੌਲੇ 'ਚ ਪਰਚਾ ਹੋਇਆ, ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜਿਆ ਹੋਇਆ, ਖਾਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਂ 'ਤੇ ਕਲੱਬ ਚੱਲਦਾ। ਅੱਛਾ, ਜਿਹੜੀ FIR ਇਹਦੇ ਵਿੱਚ ਲਿਖਿਆ ਇਹਨਾਂ ਨੇ ਵੀ ਇਹ ਕਲੱਬ, ਤੇ ਹੈਸ਼ ਪਾ ਕੇ ਉਹਨਾਂ ਨੇ ਗੈਂਗ ਲਿਖਿਆ ਹੋਇਆ ਨਾਲ, ਵੀ ਗੈਂਗ ਕਲੱਬ ਗੈਂਗ ਚਲਾ ਰਹੇ ਸੀ। ਦੇਖੋ ਕਲੱਬ ਨੂੰ ਗੈਂਗ ਦੱਸਿਆ ਇਹਨਾਂ ਨੇ, ਗੈਂਗ ਤਾਂ ਇਹ ਪੁਲਿਸ ਵਾਲੇ ਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਧਨੌਲੇ 'ਚ ਨਸ਼ਾ ਵਿਕਦਾ, ਕ੍ਰਾਈਮ ਹੁੰਦਾ, ਇਹਦਾ ਮਤਲਬ ਫਿਰ ਇਹ ਗੈਂਗ ਪੁਲਿਸ ਚਲਾਉਂਦੀ ਆ? ਜੇ ਉਹ ਗੈਂਗ ਉਹਦਾ ਤਾਂ ਕੋਈ ਗੈਂਗ ਹੈ, ਪਰਚਾ ਕਿਉਂ ਨਹੀਂ ਕਰਿਆ ਤੁਸੀਂ? ਉਹਦੇ ਕੋਲੋਂ ਭੁੱਕੀ ਫੜੀ ਗਈ, ਉਹਦੇ ਕੋਲੋਂ ਫੀਮ ਫੜੀ ਗਈ, ਉਹਦੇ ਕੋਲੋਂ ਅਸਲਾ ਫੜਿਆ ਗਿਆ, ਉਹਦੇ ਕੋਲੋਂ ਸ਼ਰਾਬ ਫੜੀ ਗਈ, ਫਿਰ ਤਾਂ ਗੈਂਗ ਆ। ਉਹਨੇ BJP ਦੇ ਲੀਡਰ ਦੇ ਖਿਲਾਫ਼ ਬੋਲਿਆ, ਅਸੀਂ ਸਾਰੇ ਬੋਲਾਂਗੇ, ਅਸੀਂ ਵੀ ਬੋਲਦੇ ਹਾਂ, ਲੈ ਪਰਚਾ ਦੇ ਦੇ। ਮੈਂ ਕਹਿੰਦਾ SHO ਧਨੌਲਾ ਨੂੰ ਅਤੇ SSP ਬਰਨਾਲਾ ਨੂੰ, ਮਹਿੰਦਰਪਾਲ ਸਿੰਘ ਦਾਨਗੜ੍ਹ ਵਾਈਸ ਪ੍ਰੈਜੀਡੈਂਟ ਲੋਕ ਇਨਸਾਫ਼ ਪਾਰਟੀ, ਮੈਂ ਕਹਿੰਦਾ ਕਿ ਪੁਲਿਸ ਬਕਾਊ ਆ, ਪੈਸੇ ਲੈਂਦੀ ਆ, ਇੱਕ ਗੈਂਗ ਚਲਾਉਂਦੀ ਆ, ਲੈ ਦੇ ਦਿਓ ਮੇਰੇ 'ਤੇ ਦੇਸ਼ ਧਰੋ ਪਰਚਾ। ਇਹ ਤਾਂ ਲੋਕਤੰਤਰ ਦਾ ਘਾਣ ਆ, ਇੱਥੇ ਆ ਸਾਰੇ ਲੋਕ ਖੜੇ ਆ, ਜਿਹੜੇ ਇਹ ਅਣਖੀਲੇ ਨੇ, ਇਹ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ, ਨਾ ਕਿ ਮੋਦੀ ਨੂੰ ਪਿਆਰ ਕਰਦੇ ਆ, ਨਾ ਇਸ ਦੇਸ਼ ਨੂੰ। ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ, ਸਾਡਾ ਦੇਸ਼ ਪੰਜਾਬ ਆ, ਦੇ ਦਿਓ ਮੇਰੇ 'ਤੇ ਦੇਸ਼ ਧਰੋ ਦਾ ਪਰਚਾ। ਜੀ ਬਿਲਕੁਲ, ਪਰਚਾ ਕਿਹਦੇ ਕਿਹਦੇ 'ਤੇ ਪਰਚਾ ਦਿਓਗੇ ਤੁਸੀਂ? ਇੱਥੇ ਇੱਕ ਨਹੀਂ ਹੈਗਾ ਬੰਦੇ, ਹਜ਼ਾਰਾਂ ਖੜੇ ਨੇ ਇੱਥੇ, ਇੱਥੇ ਤੁਹਾਨੂੰ ਇੰਨੀ ਕੁ ਗਿਣਤੀ ਹੋਊਗੀ ਜਿਹਨਾਂ ਨੂੰ ਤੁਸੀਂ ਗਿਣ ਸਕਦੇ ਹੋ, ਪਰ ਇਹ ਲੈਣ ਇੰਨੀ ਕੁ ਨਹੀਂ ਹੈਗੀ ਜਿੰਨੀ ਕੁ ਤੁਸੀਂ ਦੇਖ ਰਹੇ ਹੋ। ਬਹੁਤ ਵੱਡੀ ਗਿਣਤੀ ਹੈ ਜਿਹਨਾਂ ਦੇ ਉੱਪਰ ਪਰਚੇ ਕਰਾਉਣ ਨੂੰ ਆਪਣੇ ਉੱਪਰ ਤਿਆਰ ਬੈਠੇ ਨੇ। ਕੀ ਕਹਿਣਾ ਚਾਹੋਗੇ ਜੀ ਤੁਸੀਂ?
ਬਿਲਕੁਲ ਜੀ ਧੱਕੇ ਸਾਹੀ ਪਹਿਲੀ ਪਹਿਲੀ ਗੱਲ ਤਾਂ ਇਹ ਜੀ ਪੁਲਿਸ ਨੇ ਜਿਹੜੀ FIR ਉਹਦੇ ਵਿੱਚ ਲਿਖਿਆ ਇਹ ਜਵਾਬ ਬੱਚੇ ਨੇ ਜਿਹੜੇ ਨੌਜਵਾਨ ਇਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਲੱਬ ਚਲਾ ਰਹੇ ਨੇ ਜੀ ਉਹਨੂੰ ਇਹਨਾਂ ਨੇ ਗੈਂਗ ਲਿਖਿਆ ਪਰਚੇ ਦੇ ਵਿੱਚ ਜੀ ਬਿਲਕੁਲ ਜੀ ਇਹ ਕਿਸਾਨਾਂ ਦਾ ਬਹੁਤ ਵਧੀਆ ਸਾਥ ਦੇ ਰਹੇ ਨੇ ਚਲੋ ਜਜ਼ਬਾਤ ਭੜਕਦੇ ਨੇ ਕਿਉਂਕਿ ਸਰਕਾਰਾਂ ਜਦੋਂ ਸਾਨੂੰ ਇਨਸਾਫ਼ ਹੀ ਨਹੀਂ ਦੇ ਰਹੀਆਂ ਉਹ ਜਜ਼ਬਾਤ ਭੜਕਣਗੇ ਹੋਰ ਕੀ ਹੋਊਗਾ ਜੀ ਤੇ ਇਹ ਦੇਸ਼ ਨੂੰ ਤੋੜਨਾ ਚਾਹੁੰਦੀਆਂ ਸਰਕਾਰ ਸਰਕਾਰਾਂ ਖੁਦ ਹੀ ਮਾਹੌਲ ਖਰਾਬ ਕਰ ਰਹੀਆਂ ਨੇ 5 ਮਹੀਨਿਆਂ ਤੋਂ 80-80 ਸਾਲ ਦੇ 90-90 ਸਾਲ ਦੇ ਬਜ਼ੁਰਗ ਸਾਡੀਆਂ ਮਾਤਾਵਾਂ ਤੇ ਸਾਡੇ ਬਜ਼ੁਰਗ ਆਪਣੇ ਘਰ ਬਾਰ ਆਪਣੇ ਪੋਤੇ ਪੋਤੀਆਂ ਨੂੰ ਛੱਡ ਕੇ ਸੜਕਾਂ ਤੇ ਬੈਠੇ ਨੇ ਉਹਨਾਂ ਨੂੰ ਇਹ ਕਹਿ ਰਹੇ ਨੇ BJP ਵਾਲੇ ਪਿਕਨਿਕ ਮਨਾ ਰਹੇ ਨੇ ਇਹ ਬਰਗਰ ਖਾ ਰਹੇ ਨੇ ਇਹਨਾਂ ਦੇ ਸੂਟ ਬੜੇ ਵਧੀਆ ਨੇ ਇਹਨਾਂ ਕੋਲ ਮਹਿੰਗੀਆਂ ਗੱਡੀਆਂ ਨੇ ਕਦੇ ਅੱਤਵਾਦੀ ਕਦੇ ਵੱਖਵਾਦੀ ਕਦੇ ਖਾਲਿਸਤਾਨੀ ਪਤਾ ਨਹੀਂ ਕੀ ਕੀ ਟੈਗ ਲਾ ਰਹੇ ਨੇ ਇਹ ਸਾਰਾ ਕੁਛ ਇਹ ਅੱਤਵਾਦੀ ਖੁਦ ਹੀ ਨੇ 50% ਲੋਕ ਨੇ ਜਿਹੜੇ ਜਮਾ ਕ੍ਰਿਮੀਨਲ ਨੇ ਉੱਥੇ ਆਪਣੇ 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 ਪਾਰਲੀਮੈਂਟ 'ਚ ਬੈਠੇ ਨੇਗੇ ਹੈਂਜੀ ਤੇ ਇਹੋ ਜਿਹੇ ਬੰਦਿਆਂ ਨੂੰ ਦੇਸ਼ ਸੰਭਾਲ ਦਿੱਤਾ ਹੈਗਾ ਤੇ ਉਹ ਕਿਵੇਂ ਚਲਾਉਣਗੇ ਦੇਸ਼ ਨੂੰ ਇਹ ਬਿਲਕੁਲ ਧੱਕੇ ਸਾਹੀ ਹੈ ਦੇਖੋ ਇਹ ਗੱਲਾਂ ਜਦੋਂ ਆਪਾਂ ਵੈਸੇ ਆਪਾਂ ਸਾਰੇ ਕਹਿੰਦੇ ਹਾਂ ਵੀ ਕੋਈ ਵੀ ਆਪਾਂ ਕਿਸੇ ਨਾਲ ਬੋਲਣਾ ਚੱਲਣਾ ਹੈਗਾ ਉਹ ਆਪਾਂ ਨੂੰ ਤਮੀਜ਼ ਨਾਲ ਬੋਲਣਾ ਚਾਹੀਦਾ ਉਹ ਆਪਾਂ ਮੰਨਦੇ ਹਾਂ ਪਰ ਜਦੋਂ ਸਾਰਿਆਂ ਦਾ ਉਹ ਨਹੀਂ ਹੁੰਦਾ ਵੀ ਹਰੇਕ ਬੰਦਾ ਜਜ਼ਬਾਤ ਭੜਕ ਜਾਂਦੇ ਉਦੋਂ ਕੋਈ ਮਾੜੀ ਮੋਟੀ ਗੱਲ ਉਨੀ ਕੀ ਰਹਿ ਜਾਂਦੀ ਇਹ ਖੁਦ ਨਾਲੇ ਸੰਵਿਧਾਨ 'ਚ ਕਿਤੇ ਨਹੀਂ ਲਿਖਿਆ ਵੀ ਕਿਸੇ ਨੂੰ ਮੁਰਦਾਬਾਦ ਕਹਿਣਾ ਤੇ ਉਹ ਪਰਚਾ ਹੋ ਜੂ ਕਿੱਥੇ ਲਿਖਿਆ ਸੰਵਿਧਾਨ 'ਚ ਮੁਰਦਾਬਾਦ ਕਹਿਣ ਤੇ ਪਰਚਾ ਨਹੀਂ ਲਿਖਿਆ ਜੀ ਇਹ ਮਨਮਾਨੀ ਹੈ ਕਿਸੇ ਨੇ ਐਪਲੀਕੇਸ਼ਨ ਨਹੀਂ ਦਿੱਤੀ ਜਿੱਥੇ ਐਪਲੀਕੇਸ਼ਨ ਦਿੰਦੇ ਵਾਲੇ ਕਰੋ ਪਰਚੇ ਇਹਨਾਂ ਤੇ ਦਰਜ ਜਦੋਂ ਸਾਨੂੰ ਕਹਿੰਦੇ ਨੇ ਵੀ ਇਹ 2% ਨੇ ਇਹਨਾਂ ਨੂੰ ਰਗੜ ਕੇ ਰੱਖ ਦਿਆਂਗੇ ਉਹ ਸੂਰੀ ਵਰਗੇ ਪਿਸਤੌਲ ਲੈ ਕੇ ਆਇਆ ਕਹਿੰਦੇ ਨੇ ਇਹਦੇ ਨਾਲ ਰਗੜ ਦਿਆਂਗੇ ਆ 2% ਵਾਲਿਆਂ ਨੂੰ ਜਿਨ੍ਹਾਂ ਨੇ 95% ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਨੂੰ ਅੱਤਵਾਦੀ ਦੱਸਦੇ ਨੇ ਬਹੁਤ ਗਲਤ ਗੱਲ ਹੈ ਜੀ ਇਹ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਅਸੀਂ ਸਾਡਾ ਇਹ ਜਿਹੜਾ ਸੰਘਰਸ਼ ਹੈਗਾ ਕੇਂਦਰ ਦੇ ਨਾਲ ਹੈਗਾ ਕੇਂਦਰ ਸਾਨੂੰ ਇਨਸਾਫ਼ ਨਹੀਂ ਦੇ ਰਿਹਾ ਸਾਡੀ ਕਿਸਾਨੀ ਜਵਾਨੀ ਨੂੰ ਸਾਰਿਆਂ ਨੂੰ ਮਾਰ ਰਿਹਾ ਸਾਡਾ ਇੱਕ ਬੜਾ ਜਾਬਤੇ ਦੇ ਵਿੱਚ ਹੈ ਦੇਖੋ ਲੱਖਾਂ ਦੇ ਇਕੱਠ ਨੇ ਉੱਥੇ ਕਿਸੇ ਨੇ ਕੋਈ ਛੇੜਛਾੜ ਜਾਂ ਕੋਈ ਗਲਤ ਗੱਲ ਕਿਤੇ ਨਹੀਂ ਹੋਈ ਹੈਗੀ ਦੂਜੇ ਸੂਬਿਆਂ ਵਾਲੇ ਹਮਾਇਤ ਕਰ ਰਹੇ ਨੇ ਕਿਸਾਨਾਂ ਦੀ ਕਿ ਇੰਨਾ ਵੱਡਾ ਇਕੱਠ ਹੈ ਕਿਸੇ ਧੀ ਭੈਣ ਨੂੰ ਜਾਂ ਕਿਸੇ ਚੀਜ਼ ਦਾ ਇੱਕ ਚਮਚੇ ਦਾ ਨੁਕਸਾਨ ਨਹੀਂ ਕੀਤਾ ਬਿਲਕੁਲ ਜੀ ਸਾਡੀ ਪੁਲਿਸ ਜਿਹੜੀ ਪਰਚੇ ਕਰ ਰਹੀ ਹੈ ਬਿਲਕੁਲ ਜੀ ਬਿਲਕੁਲ ਲਾਠੀਆਂ ਮਾਰ ਰਹੀ ਆ ਦੇਖੋ ਕਿਸਾਨਾਂ ਦੇ ਪਿੱਛੇ ਲਾਠੀਆਂ ਮਾਰੀਆਂ ਨੇ ਚੰਡੀਗੜ੍ਹ ਦੇ ਵਿੱਚ ਨੌਜਵਾਨਾਂ ਦੇ ਲਾਠੀਆਂ ਮਾਰ ਕੇ ਉਹਨਾਂ ਨੂੰ ਫੱਟੜ ਕਰ ਦਿੱਤਾ ਸੀਗਾ ਹੁਣ 11-11 ਵਜੇ ਬੱਚਿਆਂ ਨੂੰ ਚੱਕ ਰਹੇ ਨੇ ਫਿਰ ਇਹ ਕੋਈ ਚੰਗੀ ਗੱਲ ਥੋੜੋ ਹੈ ਕੈਪਟਨ ਸਾਹਿਬ ਦੀ ਸਰਕਾਰ ਹੈਗੀ ਇੱਥੇ ਕੈਪਟਨ ਸਾਹਿਬ ਆੜਤੀਆਂ ਦੇ ਉੱਤੇ ਦਿੱਲੀ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਛਾਪੇਮਾਰੀ ਕਰ ਰਹੀਆਂ ਨੇ ਆੜਤੀ ਭਰਾਵਾਂ ਦੇ ਤੇ ਉਹਦੇ ਵਿੱਚ ਵੀ ਪਰ ਕੈਪਟਨ ਸਾਹਿਬ ਉਹਨਾਂ ਨੂੰ ਪੁਲਿਸ ਦੇ ਰਿਹਾ ਕੈਪਟਨ ਦੀ ਮਿਲੀ ਭੁਗਤ ਤੋਂ ਬਿਨਾਂ ਉਹ ਕਿਵੇਂ ਇਹਨਾਂ ਦੀ ਇਜਾਜ਼ਤ ਤੋਂ ਬਿਨਾਂ ਇੱਥੇ ਛਾਪੇਮਾਰੀ ਕਰ ਲੈਣਗੇ ਜੇ ਇਜਾਜ਼ਤ ਦਿੰਦਾ ਤਾਂ ਹੀ ਹੈ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਨੇ ਤੇ ਖਾਣ ਨੂੰ ਹੋਰ ਨੇ ਪਹਿਲਾਂ ਇਹ ਸੈਨ ਵੀ ਸਾਰੇ ਕਰਕੇ ਆਏ ਨੇ ਬਾਦਲ ਪਰਿਵਾਰ ਵੀ ਸੈਨ ਕਰਕੇ ਆਇਆ ਇਹਨਾਂ ਦੇ ਮੁੱਦਿਆਂ ਤੇ ਇਹਨਾਂ ਕਾਨੂੰਨਾਂ ਤੇ ਆਪਾਂ ਆਪਣੀ ਹੁਣ ਮੰਗ ਕੀ ਹੈ ਜੀ ਇੱਥੇ ਆਪਣੀ ਮੰਗ ਤਾਂ ਆਪਾਂ ਸਾਰੇ ਪੀਸਫੁਲ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਵੀ ਡੈਮੋਕ੍ਰੇਸੀ ਦੇ ਵਿੱਚ ਕਾਨੂੰਨ ਦੇ ਦਾਇਰੇ ਵਿੱਚ ਸਾਰੇ ਲੜ ਰਹੇ ਨੇ ਕੋਈ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਚਲੋ ਬੱਚਿਆਂ ਨੇ ਕੋਈ 2 ਗੱਲਾਂ ਕਹਿਤੀਆਂ ਉਹ ਕੋਈ ਵੱਡੀ ਗੱਲ ਨਹੀਂ ਸੀਗੀ ਕੋਈ ਉਹਨਾਂ ਨੇ ਜ਼ਮੀਨ ਦੱਬੀ ਨਹੀਂ ਉਹਨਾਂ ਦੀ ਇਹ ਕਹਿ ਵੀ ਦਿੱਤੀਆਂ ਵੀ ਅਸੀਂ ਗਰੀਬਾਂ 'ਚ ਵੰਡਾਂਗੇ ਉਹ ਕਹਿਣ ਨਾਲ ਥੋੜੋ ਵੰਡੀ ਜਾਂਦੀ ਹੁੰਦੀ ਹੈ ਹੈਂਜੀ ਤੇ ਇਹ ਮਾਹੌਲ ਨੂੰ ਭੜਕਾ ਰਹੀਆਂ ਨੇ ਸਰਕਾਰਾਂ ਖੁਦ ਹੀ ਪੁਲਿਸ ਭੜਕਾ ਰਹੀ ਹੈਗੀ ਆਪਾਂ ਸਾਰੇ ਪੀਸਫੁਲੀ ਚਾਹੁੰਦੇ ਆਪਾਂ ਚਾਹੁੰਦੇ ਉਹ ਪਰਚਾ ਰੱਦ ਹੋਵੇ ਤੇ ਲੋਕ ਆਪੋ ਆਪਣੇ ਕੰਮਾਂ ਨੂੰ ਲੱਗਣ ਤੇ ਜਾਂ ਜਿਹੜੇ ਦਿੱਲੀ ਚੱਲਦੇ ਨੇ ਉੱਥੇ ਜਿਹੜਾ ਸਹਿਯੋਗ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਰਹਿਨਮਾਈ ਦੇ ਵਿੱਚ ਚੱਲ ਰਿਹਾ ਪ੍ਰੋਗਰਾਮ ਚਾਹੇ ਉਹ ਡਕਾਉਂਦਾ ਗਰੁੱਪ ਹੈ ਉਗਰਾਹਾਂ ਗਰੁੱਪ ਹੈ ਸਾਰੇ ਆਪਣੇ ਭਰਾ ਨੇ ਕਿਸਾਨ ਸਾਰਿਆਂ ਦੀ ਰਹਿਨਮਾਈ ਦੇ ਵਿੱਚ ਆਪਾਂ ਚੱਲ ਰਹੇ ਹਾਂਗੇ ਤੇ ਸਾਰੇ ਇੱਕ ਮੁੱਠਾ ਸਾਰੇ ਚਾਹੁੰਦੇ ਹਾਂ ਵੀ ਆਪਣੇ ਕਿਸਾਨਾਂ ਦਾ ਮਸਲਾ ਹੱਲ ਹੋਵੇ ਕਿਸਾਨ ਮਰ ਗਿਆ ਤਾਂ ਸਾਡਾ ਦੇਸ਼ ਬਰਬਾਦ ਹੋ ਗਿਆ ਸਾਡਾ ਮਜ਼ਦੂਰ ਵੀ ਬਰਬਾਦ ਹੋ ਗਿਆ ਆੜ੍ਹਤੀਆ ਵੀ ਸਾਰਾ ਆਉਂਦੀ ਕਿਸਾਨ ਨਾਲ ਹੈ ਜੀ ਆਪਣੀ ਤਾਂ ਹਾਂ ਚੱਲਦਾ ਹੀ ਜਦੋਂ ਆਪਾਂ ਆਮ ਕਿਸਾਨ ਇਹਨਾਂ ਕੋਲੇ ਲਾਲਿਆਂ ਕੋਲੇ ਜਾਂਦੇ ਆ ਆਫ ਸੀਜ਼ਨ 'ਚ ਜਾਂਦੇ ਆ ਜਦੋਂ ਹਾੜੀ ਦੇ ਜਾਂ ਸੌਣੀ ਦੇ ਪੈਸੇ ਨਹੀਂ ਆਏ ਉਦੋਂ ਕਹਿੰਦੇ ਨੇ ਵੀ ਜਦੋਂ ਚੌਲਾਂ ਦੇ ਪੈਸੇ ਆਉਣਗੇ ਕਣਕ ਦੇ ਪੈਸੇ ਆਉਣਗੇ ਤਾਂ ਕਿਸਾਨ ਜਾਂ ਮਜ਼ਦੂਰ ਸਾਡੇ ਕੋਲੇ ਆਉਣਗੇ ਪੈਸਾ ਘੁੰਮੂਗਾ ਸਾਡਾ ਰੁਜ਼ਗਾਰ ਚੱਲੂਗਾ ਜੀ 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 ਸੋ ਇਹ ਤੁਸੀਂ ਸੁਣੇ ਆ ਜਿੰਨੀ ਦੇਰ ਤੱਕ ਇਹ ਪਰਚੇ ਰੱਦ ਨਹੀਂ ਹੁੰਦੇ ਧਨੌਲਾ ਵਾਸੀ ਧਨੌਲੇ ਦੇ ਆਸ ਪਾਸ ਦੇ ਪਿੰਡਾਂ ਦੇ ਵਾਸੀ ਜਿੰਨੇ ਕੁ ਜਾਗਰੂਕ ਹੈਗੇ ਨੇ ਉਹ ਸਾਰੇ ਇੱਥੇ ਬਰਾਬਰ ਬੈਠਣਗੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਜਿਹੜੇ ਤੁਸੀਂ ਵੀ ਬੈਠੇ ਹੋ ਜੀ ਕੱਲ੍ਹ ਲੱਖਾ ਸਧਾਣਾ ਨੇ ਇੱਕ ਵੀਡੀਓ ਪਾਈ ਸੀਗੀ ਸੋਸ਼ਲ ਮੀਡੀਆ 'ਤੇ ਉਹਦੇ ਵਿੱਚ SHO ਨੂੰ ਉਹਨੇ ਫੋਨ ਕੀਤਾ ਜਦੋਂ ਤਾਂ SHO ਦੀ ਵਾਰਡਿੰਗ ਸੀ ਕਹਿੰਦਾ ਮੈਂ ਪਰਚਾ ਦੇ ਤਾਂ ਦਿੱਤਾ ਇਹਦੇ ਉੱਪਰ ਕਹਿੰਦਾ ਵੀ ਇਹ ਜਿਨ੍ਹਾਂ ਨੇ ਜੁੱਤੀ ਮਾਰੀ ਸੀ ਉਸ ਗੈਂਗ ਦੇ ਮੈਂਬਰ ਨੇ ਇਹ ਬਾਦਲ ਦੇ ਜੁੱਤੀ ਮਾਰੀ ਸੀ ਮੇਰੇ ਨਾਂ ਨਾਲ ਜੋੜ ਕੇ ਵਿਕਰਮ ਗੈਂਗ ਦੇ ਬੰਦੇ ਨੇ ਮੈਂ SHO ਧਨੌਲਾ ਨੂੰ ਪੁੱਛਣਾ ਚਾਹੁੰਦਾ ਅਸੀਂ ਕਿਹੜੀ ਗੈਂਗ ਚਲਾਉਂਦੇ ਹਾਂ ਅਸੀਂ ਕੋਈ ਫੀਮ ਵੇਚਦੇ ਹਾਂ ਅਸੀਂ ਕੋਈ ਡੋਡੇ ਵੇਚਦੇ ਹਾਂ ਸ਼ਰਾਬ ਵੇਚਦੇ ਹਾਂ ਜਾਂ ਕਿਸੇ ਨੂੰ ਬਲੈਕਮੇਲ ਕਰਦੇ ਹਾਂ ਜਿਹੜੇ ਗੈਂਗਸਟਰ ਨੇ ਉਹ ਤਾਂ ਤੁਹਾਡੇ ਕੋਲ ਆ ਕੇ ਚਾਹ ਪੀਂਦੇ ਨੇ ਜਿਹੜੀ ਤੁਹਾਡੀ ਨਜਾਇਜ਼ ਭੁੱਕੀ ਸ਼ਰਾਬ ਫੜੀ ਹੁੰਦੀ ਆ ਉਹਨੂੰ ਜਾ ਕੇ ਲੋਕਾਂ 'ਚ ਵੇਚ ਕੇ ਆਉਂਦੇ ਨੇ
ਉਹ ਤਾਂ ਤੁਹਾਡੇ ਟੋਟ ਪੋਣੇ ਕਰਦੇ ਨੇ ਜਿਹੜੇ ਗੈਂਗਸਟਰ ਨੇ, ਤੁਸੀਂ ਸਾਨੂੰ ਕਿਵੇਂ ਗੈਂਗਸਟਰ ਕਹਿ ਸਕਦੇ ਹੋ? ਦਾੜੀਆਂ ਵਾਲੇ ਨੂੰ ਤੁਸੀਂ ਕਿਵੇਂ ਗੈਂਗਸਟਰ ਕਹਿ ਸਕਦੇ ਹੋ? ਗਾਤਰਿਆਂ ਵਾਲੇ ਤੁਹਾਨੂੰ ਕਿਉਂ ਗੈਂਗਸਟਰ ਲੱਗਦੇ ਨੇ? ਇਹ ਸਾਰੇ ਜਵਾਬ ਤੁਹਾਨੂੰ ਦੇਣੇ ਪੈਣਗੇ ਜੀ। ਜਿੰਨੀ ਦੇਰ ਤੱਕ ਨਾ ਬੱਚਿਆਂ ਦੇ ਤਾਂ ਪਰਚੇ ਦਰਜ ਨਹੀਂ ਹੁੰਦੇ, ਅਸੀਂ ਇੱਥੇ ਹੀ ਬੈਠਾਂਗੇ। ਪੰਜਾਬ ਪੜੋਸ ਮੁਰਦਾਬਾਦ, ਪੰਜਾਬ ਪੜੋਸ ਮੁਰਦਾਬਾਦ, ਹਰਜੀਤ ਗਰੇਵਾਲ ਮੁਰਦਾਬਾਦ, ਬੀਜੇਪੀ ਮੁਰਦਾਬਾਦ, ਸਾਡਾ ਇੱਕ ਆ ਜਿੰਦਾਬਾਦ।